ਰਾਮ ਸਰੂਪਨਖੀ ਦੀ ਕਹਾਣੀ ਖਾਨਦਾਨ। ਜੈਮਲ ਬੁੜਾ ਭਰਿਆ ਪੀਤਾ ਘਰੋਂ ਆਇਆ, ਚੁੱਪ ਕੀਤਾ ਜਿਹਾ ਧਰਮਸ਼ਾਲਾ ਦੀ ਚੌਕੜੀ 'ਤੇ ਪੈਰਾਂ ਭਾਰ ਹੋ ਕੇ ਬੈਠ ਗਿਆ। ਫਿਰ ਉਹਨੇ ਹੱਥ ਵਿਚਲੀ ਖੂੰਡੀ ਚੌਂਕੜੀ ਨਾਲ ਟਿਕਾ ਕੇ ਰੱਖ ਦਿੱਤੀ। ਦੋਵੇਂ ਹੱਥਾਂ ਨਾਲ ਆਪਣੀਆਂ ਅੱਖਾਂ 'ਤੇ ਐਨਕਾਂ ਨੂੰ ਠੀਕ ਕੀਤਾ। ਐਨਕ ਠੀਕ ਕਰਦਾ ਉਹ ਚੌਂਕੜੀ 'ਤੇ ਬੈਠੇ ਦੂਜੇ ਬੰਦਿਆਂ ਨੂੰ ਗੌਹ ਨਾਲ ਵੇਖਣ ਲੱਗਿਆ। ਉਹ ਕੋਈ ਗੱਲ ਕਰ ਰਹੇ ਸੀ ਪਰ ਉੱਚਾ ਨਹੀਂ ਬੋਲਦੇ ਸੀ। ਉਹਨਾਂ ਦੀ ਘੁਸਰ ਮੁਸਰ ਬੁੜੇ ਦੇ ਪੱਲੇ ਨਹੀਂ ਸੀ ਪੈ ਰਹੇ। ਉਹਨੂੰ ਸੁਣਦਾ ਵੀ ਕੁਛ ਉੱਚਾ ਸੀ। ਫਿਰ ਨੰਗ ਪੈਰਿਆਂ ਦੇ ਮੁਕੰਦੇ ਨੇ ਉਹਨੂੰ ਖੁਦ ਹੀ ਬੁਲਾ ਲਿਆ। ਤਾਇਆ ਕੀ ਗੱਲ ਹੈ ਅੱਜ? ਕਿਵੇਂ ਅੱਖਾਂ ਹੋਰੂ ਜੀਆਂ ਕੀਤੀਆਂ ਨੇ? ਕੋਈ ਗੱਲ ਲੱਗਦੀ ਹੈ? ਜੈਮਲ ਫਿਰ ਵੀ ਬੋਲਿਆ ਨਹੀਂ, ਮੁਕੰਦੇ ਵੱਲ ਗੁੱਟਰ ਗੁੱਟਰ ਝਾਕਦਾ ਰਿਹਾ। ਕੀ ਜਵਾਬ ਦਿੰਦਾ ਉਹ? ਘਰ ਦੀ ਗੱਲ ਬਾਹਰ ਕਿਵੇਂ ਕੱਢਦਾ? ਪੁੱਛਣ ਵਾਲੇ ਦੇ ਬੋਲਾਂ ਨੇ ਉਹਨੂੰ ਤਾਂ ਸਗੋਂ ਹੋਰ ਉਦਾਸ ਕਰਤਾ ਸੀ, ਜਿਵੇਂ ਉਹਦੇ ਗੁੱਸੇ ਨੂੰ ਨਵੀਂ ਤੀਲੀ ਦਿਖਾਤੀ ਹੋਵੇ। ਮੂੰਹ ਵਿਚਲਾ ਥੁੱਕ ਸੰਘੋਂ ਥੱਲੇ ਉਤਾਰ ਕੇ ਬੁੜੇ ਨੇ ਖੰਗੂਰ ਮਾਰੀ। ਬੋਲਿਆ, ਤੁਸੀਂ ਕਿਹਦੀ ਗੱਲ ਕਰਦੇ ਹੋ ਗੱਲ ਕੋਈ? ਤੁਸੀਂ ਕਿਹਦੀ ਕਰਦੇ ਹੋ ਗੱਲ ਕੋਈ? ਮੁਕੱਦਾਂ ਕਹਿੰਦਾ, ਉਹ ਤਾਂ ਐਵੇਂ ਗੱਲ ਹੈ ਕਿਸੇ ਦੀ। ਉਹਨੇ ਫਿਰ ਪੁੱਛ ਲਿਆ, ਨਾ ਤਾਇਆ ਤੂੰ ਕੁਛ ਦੱਸਿਆ ਹੀ ਨਾ, ਅੱਜ ਗੱਲ ਕੀ ਆ? ਅੱਗੇ ਤਾਂ ਸੱਥ 'ਚ ਆਉਂਦਾ ਹੀ ਪਹਿਲਾਂ ਇੱਕ ਟਿੱਚਰ ਛੱਡਦਾ ਹੁੰਦਾ ਤੂੰ, ਅੱਜ ਕੀ ਹੋ ਗਿਆ ਤੈਨੂੰ? ਚੁੱਪ ਕੀਤਾ ਹੀ ਆ ਬੈਠਾ। ਜੈਬ ਨਾਲ ਧਨੀ ਹੋ ਗਈ ਕੋਈ 5-3। ਅਜੈਬ ਸਿੰਘ ਜੈਮਲ ਸਿੰਘ ਦੇ ਮੁੰਡੇ ਦਾ ਨਾਂ ਸੀ। ਇੱਕ ਬਿੰਦ ਜੈਮਲ ਨੇ ਜੀ ਮਲੀ ਅਤੇ ਫਿਰ ਕੁਛ ਸੋਚ ਕੇ ਬੁੱਲਾਂ 'ਤੇ ਆਉਂਦੀ ਗੱਲ ਢਿੱਡ 'ਚ ਹੀ ਰੱਖ ਲਈ। ਪਲਟ ਕੇ ਬੋਲਿਆ, ਉਹ ਤਾਂ ਠੀਕ ਹੈ ਗੱਲ ਕੋਈ ਨਹੀਂ, ਬਸ ਐਵੇਂ, ਪਰ ਤੁਸੀਂ ਇਹ ਕਿਹਦੀ ਗੱਲ ਕਰਦੇ ਹੋ ਗੱਲ? ਉਹ ਕਹਿੰਦਾ, ਬਹੁਤਾ ਖਹਿੜਾ ਨਹੀਂ ਪਿਆ। ਜੈਮਲ ਉਹਦੇ ਨਾਲ ਖੁੱਲ੍ਹਣ ਲੱਗਿਆ ਤਾਂ ਉਹਨੇ ਦੱਸਿਆ, ਇਹ ਤਾਂ ਕੈਲੂ ਦੀਆਂ ਗੱਲਾਂ ਕਰਦੇ ਹਾਂ ਅਸੀਂ। ਅਖੇ ਉਹਦੇ ਮੁੰਡੇ ਨੂੰ ਸਾਕ ਹੁੰਦਾ ਜਿਹੜਾ ਕਾਲਜ 'ਚ ਪੜ੍ਹਦਾ, ਉਹਨੂੰ ਵੱਡਾ ਮੁੰਡਾ ਉਹਦਾ, ਕਹਿੰਦੇ ਕੁੜੀ 10 ਜਮਾਤਾਂ ਪਾਸ ਹੈ, ਅਗਲੇ ਮੋਟਰਸਾਈਕਲ ਦਿੰਦੇ ਹੈ, ਜੱਟ ਕੋਲ ਜ਼ਮੀਨ ਜਾਇਦਾਦ ਬੜੀ ਦੱਸੀ ਦੀ ਹੈ। ਹਲਾ, ਜੈਮਲ ਬੁੜੇ ਨੇ ਸੁਣਿਆ ਤਾਂ ਬੁੱਲਾਂ 'ਤੇ ਜੀ ਫੇਰਨ ਲੱਗ ਪਿਆ। ਕਹਿੰਦਾ, ਦੇਖ ਲੈ ਬਈ, ਆਹ ਤਾਂ ਲੋੜ ਹੈ। ਫਿਰ ਝੋਰਾ ਕਰਨ ਲੱਗਿਆ, ਸੋਮੋਂ ਬਦਲਦੀ ਨੂੰ ਕੀ ਆਖੀਏ, ਹੁਣ ਸਦੀ ਪਲਟ ਗਈ ਭਾਈ ਸਦੀ। ਅਖੇ ਜੱਟ ਉਹਦੇ ਮੁੰਡੇ ਨੂੰ ਸਾਕ ਕਰਦਾ, ਹਾਲੀਏ ਕੱਲ੍ਹ ਦੀਆਂ ਗੱਲਾਂ ਨੇ, ਕਿਹਨੂੰ ਪਤਾ ਨਹੀਂ ਵੀ ਕੈਲੂ ਆਪ ਜੱਟ ਨਹੀਂ ਹੈਗਾ, ਮੁਸਲਮਾਨ ਹੈ। 47 ਵੇਲੇ ਦੀ ਗੱਲ ਹੈ, ਉਸ ਪਿੰਡ ਦੇ ਸਾਰੇ ਮੁਸਲਮਾਨ ਕਤਲ ਕਰਤੇ ਗਏ ਅਤੇ ਜਿਹੜੇ ਚੁਸਤ ਚਲਾਕ ਸੀ ਘਰੋਂ ਕੁਝ ਤਕੜੇ ਵੀ, ਉਹ ਬਹੁਤ ਪਹਿਲਾਂ ਘਰ ਬਾਰ ਛੱਡ ਕੇ ਪਾਕਿਸਤਾਨ ਜਾ ਪਹੁੰਚੇ ਸੀ, ਪਰ ਕੁਛ ਸੀ ਜਿਹੜੇ ਲੁਕ ਛਿਪ ਕੇ ਇੱਧਰ ਹੀ ਜੱਟਾਂ ਦੇ ਘਰਾਂ 'ਚ ਬੜੇ ਬੈਠੇ ਰਹੇ। ਰਾਮ ਦਿੱਤੇ ਦਾ ਪਿੰਡ ਤੋਂ ਬਾਹਰ ਬਾਰ ਘਰ ਸੀ, ਉਹਦੇ ਘਰ ਨਾਲ ਲੱਗਦੇ 3-4 ਹੋਰ ਵੀ ਘਰ ਸੀ, ਨਿਆਈਆਂ 'ਚ ਰੂੜੀਆਂ ਅਤੇ ਪਾਥੀਆਂ ਅਤੇ ਗੁਹਾਰਿਆਂ ਤੋਂ ਪਰੇ। ਅਤੇ ਜਿਸ ਰਾਤ ਪਿੰਡ ਦੇ ਮੁਸਲਮਾਨ ਵੱਡੇ ਰਾਮ ਦਿੱਤੇ ਨੇ ਤੜਕੇ ਉੱਠ ਕੇ ਦੇਖਿਆ, ਉਹਦੇ ਘਰ ਨੇੜੇ ਰੂੜੀਆਂ ਗੁਹਾਰਿਆਂ ਵਿਚਕਾਰ ਕਿੰਨੀਆਂ ਹੀ ਲੋਥਾਂ ਪਈਆਂ। ਇੱਕ ਗੁਹਾਰੇ ਦੀ ਖਾਲੀ ਖੋੜ ਵਿੱਚ ਉਹਨੂੰ ਕੁਝ ਹਿਲਦਾ ਜੁਲਦਾ ਦਿਸਿਆ। ਉਹਦੇ ਕੋਲ ਜਾ ਕੇ ਦੇਖਿਆ, ਕੋਈ ਬੱਚਾ ਸੀ, ਡਰ ਕੇ ਸੁੰਨ ਬਣਿਆ ਪਿਆ, 2-3 ਸਾਲ ਦਾ ਮਸਾਂ ਹੋਏਗਾ। ਰਾਮ ਦਿੱਤੇ ਨੇ ਉਹਨੂੰ ਬਾਹਰ ਕੱਢ ਲਿਆ। ਉਹ ਮੁੰਡਾ ਸੀ ਪੂਰਾ ਸਹਿਮਿਆ ਹੋਇਆ, ਨਾ ਰੋਂਦਾ ਨਾ ਬੋਲਦਾ, ਅੱਖਾਂ 'ਚ ਪੂਰੀ ਦਹਿਸ਼ਤ। ਗੁਹਾਰੇ ਕੋਲ ਵੱਡੇ ਟੁੱਕੇ ਅਤੇ ਮਰੇ ਪਏ ਇੱਕ ਮਰਦ ਅਤੇ ਇੱਕ ਔਰਤ ਵੱਲ ਉਹ ਝਾਕਦਾ ਹੋਰ ਸਹਿਮ ਜਾਂਦਾ। ਰਾਮ ਦਿੱਤੇ ਨੇ ਉਹਨੂੰ ਗੋਦੀ ਚੱਕ ਲਿਆ, ਉਹਦੇ ਹੱਥਾਂ 'ਚ ਲੁਲਕ ਲੁਲਕ ਜਾਂਦਾ ਜਿਵੇਂ ਮਾਸ ਦਾ ਲੋਥੜਾ ਹੋਵੇ, ਭੋਰਾ ਵੀ ਜਾਨ ਜਿਵੇਂ ਉਸ ਵਿੱਚ ਨਾ ਰਹਿ ਗਈ ਹੋਵੇ। ਉਹਨੂੰ ਘਰੇ ਚੱਕ ਲਿਆ, ਪਹਿਲਾਂ ਉਹਨੂੰ ਪਾਣੀ ਪਿਆਇਆ, ਪਾਣੀ ਪੀ ਕੇ ਜਿਵੇਂ ਉਹਨੂੰ ਸੁਰਤ ਆ ਗਈ ਹੋਵੇ, ਉਹ ਅੱਖਾਂ ਝਮਕਣ ਲੱਗਿਆ। ਫਿਰ ਉਹਨੇ ਚਾਹ ਬਣਾਈ, ਮੁੰਡੇ ਨੇ ਅੱਧਾ ਗਲਾਸ ਮਸਾਂ ਪੀਤਾ। ਰਾਮ ਦਿੱਤੇ ਨੇ ਔਰਤ ਮਰਦ ਨੂੰ ਸਿਆਣ ਲਿਆ ਸੀ, ਉਹ ਪਰਲੇ ਅਗਵਾੜ ਬਾਰੂ ਤੇਲੀ ਦਾ ਵੱਡਾ ਮੁੰਡਾ ਸੀ, ਔਰਤ ਬਾਰੂ ਦੀ ਨੂੰਹ। ਉਹਨਾਂ ਦਾ ਨਿੱਕਾ ਜਵਾਕ ਉਹਨੇ ਅੰਦਰ ਸਭਾ 'ਚ ਮੰਜੇ 'ਤੇ ਪਾ ਦਿੱਤਾ, ਘੂਰ ਵੀ ਦਿੱਤਾ। ਬੋਲੀ ਨਾ, ਨਹੀਂ ਮਾਰ ਦੇਣਗੇ ਤੈਨੂੰ ਵੀ। ਮੁੰਡਾ ਸੁੰਨ ਦਾ ਸੁੰਨ ਪਿਆ ਰਿਹਾ। ਰਾਮ ਦਿੱਤੇ ਦੇ ਮਨ 'ਚ ਧੁੜਕੂ, ਜੇ ਸਾਲਾ ਕੋਈ ਆ ਗਿਆ ਤਾਂ ਮੁੰਡੇ ਦਾ ਪਤਾ ਲੱਗ ਗਿਆ ਤਾਂ ਬਰਛੇ ਚਿੱਬੜ ਵਾਂਗ ਪਰੋ ਕੇ ਲੈ ਜੂਗਾ।
ਦੁਪਹਿਰ ਤੱਕ ਸਾਰੀਆਂ ਲੋਥਾਂ ਸਮੇਟਤੀਆਂ ਗਈਆਂ। ਲੋਥਾਂ ਨਾ ਦੱਬੀਆਂ ਨਾ ਫੂਕੀਆਂ, ਨਿਆਈਆਂ 'ਚ ਲਿਜਾ ਕੇ ਸਿੱਟਤੀਆਂ। ਕਾਵਾਂ ਕੁੱਤਿਆਂ ਅਤੇ ਗਿਰਜਾਂ ਦਾ ਭੋਜਨ ਹੀ ਬਣੀਆਂ। ਉਹਨੇ ਮੁੰਡੇ ਨੂੰ ਕਿੰਨੇ ਦਿਨ ਛੁਪਾ ਕੇ ਰੱਖਿਆ, ਦਰਵਾਜ਼ੇ ਦਾ ਬਾਰ ਭੇੜ ਕੇ ਰੱਖਿਆ ਕਰੇ, ਮੁੰਡੇ ਨੂੰ ਅੰਦਰੋਂ ਸਵਾਦ 'ਚੋਂ ਹਿੱਲਣ ਨਾ ਦਿਆ ਕਰੇ। ਅੰਦਰੇ ਰੋਟੀ, ਅੰਦਰੇ ਦੁੱਧ, ਚਾਹ, ਟੱਟੀ, ਪਿਸ਼ਾਬ, ਉਹ ਘਰ ਹੀ ਵਿਹੜੇ 'ਚ ਇੱਕ ਖੂੰਜੇ ਕਰ ਲੈਂਦਾ, ਰਮ ਦਿੱਤਾ ਉਹਦਾ ਸਭ ਕਰਦਾ। ਇੱਦਾਂ ਹੀ ਬਹੁਤ ਦਿਨ ਲੰਘ ਗਏ। ਗੁੰਡਿਆਂ ਲੁਟੇਰਿਆਂ ਦੇ ਜੱਥੇ ਆਉਂਦੇ, ਪਿੰਡ ਦੀਆਂ ਗਲੀਆਂ 'ਚ ਹੋਕਰੇ ਲਲਕਾਰੇ ਮਾਰਦੇ ਫਿਰਦੇ। ਕਿਸੇ ਦੇ ਘਰ ਕੋਈ ਸੁੱਲਾ ਲੁਕਿਆ ਬੈਠਾ ਹੈ ਤਾਂ ਕੱਢ ਦਿਓ ਬਾਹਰ ਉਹਨੂੰ, ਨਹੀਂ ਤਾਂ ਘਰ ਨੂੰ ਅੱਗ ਲਾ ਦੇਵਾਂਗੇ। ਉਹਨਾਂ ਨੇ ਕਈ ਘਰਾਂ ਦੀਆਂ ਤਲਾਸ਼ੀਆਂ ਲਈਆਂ, ਪਰ ਲੋਕ ਬੜੇ ਰਹਿਮ ਦਿਲ ਅਤੇ ਦ੍ਰਿੜ ਇਰਾਦੇ ਵਾਲੇ ਸੀ। ਜਿਹਨੇ ਕਿਸੇ ਨੇ ਕੋਈ ਲੁਕੋ ਕੇ ਰੱਖ ਲਿਆ, ਬਸ ਰੱਖ ਲਿਆ, ਬਾਹਰ ਹਵਾ ਨਹੀਂ ਕੱਢੀ। ਇੱਕ ਦਿਨ ਮਿਲਟਰੀ ਦਾ ਟਰੱਕ ਵੀ ਆਇਆ ਸੀ, ਉਹਨਾਂ ਨੂੰ ਕੋਈ ਨਹੀਂ ਮਿਲਿਆ। ਕਈ ਮਹੀਨੇ ਲੰਘ ਗਏ। ਪਿੰਡ 'ਚ ਹੌਲੀ ਹੌਲੀ ਘੁਸਰ ਮੁਸਰ ਹੋਣ ਲੱਗੀ ਕਿ ਜੰਗੇ ਪਹਿਲਵਾਨ ਨੇ ਘੁਮਾਰਾਂ ਦੀ ਨੂੰਹ ਬਚਾ ਕੇ ਰੱਖ ਲਈ ਹੈ। ਬਚਨੇ ਫੌਜੀ ਕੋਲ ਇੱਕ 18-20 ਸਾਲ ਦੀ ਕੁੜੀ ਹੈ, ਪਤਾ ਨਹੀਂ ਕੌਣ ਹੈ। ਕੋਈ ਕਹਿੰਦਾ ਸੀ ਇਸੇ ਪਿੰਡ ਦੀ ਅਤੇ ਗੁਲਜ਼ਾਰ ਸੱਕੇ ਦੀ ਪੋਤੀ ਹੈ, ਕੋਈ ਕਹਿੰਦਾ ਇਹ ਉਹ ਨਹੀਂ ਕਿਸੇ ਹੋਰ ਪਿੰਡ ਦੀ ਕੁੜੀ ਹੈ, ਅਤੇ ਰਾਮ ਦਿੱਤੇ ਕੋਲ ਇੱਕ ਮੁੰਡਾ 2.5-3 ਸਾਲ ਦਾ। ਰਾਮ ਦਿੱਤੇ ਦਾ ਇੱਕ ਬੁੱਢਾ ਬਾਪ ਸੀ, ਇੱਕ ਉਹ ਆਪ, ਪਰ ਉਹਨਾਂ ਦੇ ਘਰ 'ਚ ਕੋਈ ਨਹੀਂ ਸੀ। ਰਾਮ ਦਿੱਤੇ ਦੀ ਮਾਂ ਉਹਨੂੰ 10 ਸਾਲਾਂ ਦਾ ਹੀ ਛੱਡ ਕੇ ਮਰ ਗਈ ਸੀ। ਰਾਮ ਦਿੱਤੇ ਦੇ ਪਿਓ ਤੋਂ ਚੰਗੀ ਤਰ੍ਹਾਂ ਵਾਹੀ ਦਾ ਕੰਮ ਨਹੀਂ ਹੁੰਦਾ ਸੀ, ਉਹਦੀ ਨਿਗਾਹ ਕਮਜ਼ੋਰ ਸੀ ਅਤੇ ਉਹ ਲੱਤਾਂ ਦਾ ਆ ਰਹੀ ਸੀ। ਉਹਦੇ ਕੋਲ 10 ਕੁ ਮਾਂ ਜ਼ਮੀਨ ਸੀ, ਹਿੱਸੇ ਠੇਕੇ ਉੱਤੇ ਦੇ ਦਿੰਦੇ, ਬੈਠੇ ਖਾਈ ਜਾਂਦੇ। ਹੁਣ 47 ਵੇਲੇ ਰਾਮ ਦਿੱਤੇ ਦੀ ਉਮਰ 40 ਤੋਂ ਉੱਤੇ ਦੀ ਹੋ ਚੁੱਕੀ ਸੀ। ਉਹਦਾ ਪਿਓ 80 ਨੂੰ ਢੁੱਕਿਆ ਹੋਇਆ ਸੀ, ਪਿਓ ਵਾਂਗ ਰਾਮ ਦਿੱਤਾ ਵੀ ਹੱਡ ਰੱਖ ਸੀ, ਇਸੇ ਕਰਕੇ ਤਾਂ ਉਹਨੂੰ ਕੋਈ ਸਾਕ ਨਹੀਂ ਹੋਇਆ ਸੀ। ਉਹਨੇ ਇੱਕ ਮੁੱਲ ਦੀ ਤੀਵੀਂ ਲਿਆਂਦੀ, ਖਾ ਪੀ ਕੇ ਤੁਰਦੀ ਬਣੀ। ਪਿਓ ਵਾਂਗ ਰਾਮ ਦਿੱਤੇ ਨੇ ਵੀ ਐਨਕ ਲਵਾ ਲਈ। 47 ਤੋਂ 5-7 ਸਾਲਾਂ ਬਾਅਦ ਰਾਮ ਦਿੱਤੇ ਦਾ ਪਿਓ ਮਰ ਗਿਆ। ਫਿਰ ਉਹ ਸੀ ਅਤੇ ਉਹਦਾ ਪੁੱਤਾ ਵਾਂਗ ਪਾਲਿਆ ਕੈਲੂ। ਕੈਲੂ ਨੂੰ ਜਦੋਂ ਉਹਨੇ ਕਿਸੇ ਕਤੂਰੇ ਜਾਂ ਬਲੂੰਗੜੇ ਵਾਂਗ ਘਰ ਚੁੱਕ ਕੇ ਲਿਆਉਂਦਾ ਸੀ, ਉਸ ਵੇਲੇ ਉਹਦਾ ਨਾਂ ਕੋਈ ਨਹੀਂ ਸੀ। ਮੁੰਡੇ ਦਾ ਰੰਗ ਪੱਕਾ ਸੀ, ਕਦੇ ਉਹਨੂੰ ਕਾਲੂ ਕਹਿੰਦਾ, ਕਦੇ ਕੈਲੂ, ਕਦੇ ਕੈਲੂ ਤੋਂ ਕਰਨੈਲ ਸਿੰਘ ਬਣਾ ਲੈਂਦਾ। ਕੈਲੂ 13-14 ਸਾਲ ਦਾ ਹੋਇਆ, ਘਰ ਦਾ ਸਾਰਾ ਕੰਮ ਕਰਨ ਲੱਗਿਆ। ਮੈਂ ਦੀ ਦੇਖਭਾਲ ਕਰਦਾ, ਸਫਾਈ ਪੱਖੋਂ ਘਰ ਨੂੰ ਟਿਚਨ ਬਣਾ ਕੇ ਰੱਖਦਾ, ਕੋਠੇ ਦੀ ਛੱਤ ਨੂੰ ਮਿੱਟੀ ਲਾਉਂਦਾ, ਸਵਾਦ 'ਚ ਤਲੀ ਫੇਰਦਾ, ਕੰਧਾਂ 'ਤੇ ਪਾਂਡੂ ਦਾ ਪੋਚਾ ਦੇ ਲੈਂਦਾ, ਲੀੜਾ ਕੱਪੜਾ ਸਭ ਧੋ ਸਵਾਰ ਕੇ ਰੱਖਦਾ, ਰੋਟੀ ਟੁੱਕ ਦਾ ਕੰਮ ਵੀ ਉਹੀ ਕਰਦਾ। ਸਭ ਤੋਂ ਵੱਡੀ ਗੱਲ, ਉਹ ਰਾਮ ਦਿੱਤੇ ਦੀ ਪੂਰੀ ਟਹਿਲ ਸੇਵਾ ਕਰਦਾ। ਰਾਮ ਦਿੱਤੇ ਲਈ ਟਹਿਲ ਸੇਵਾ ਹੁਣ ਹੋਰ ਵੀ ਜ਼ਰੂਰੀ ਹੋ ਗਈ ਸੀ, ਕਿਉਂਕਿ ਉਹਦੀ ਨਿਗਾਹ ਨਹੀਂ ਰਹੀ ਸੀ, ਘੱਟਦੀ ਗਈ ਘੱਟਦੀ ਗਈ, ਅਤੇ ਇੱਕ ਦਿਨ ਉਹ ਬੁੱਥ ਬਣ ਕੇ ਬੈਠ ਗਿਆ। ਪਹਿਲਾਂ ਰਾਮ ਦਿੱਤਾ ਸੋਚਦਾ ਹੁੰਦਾ ਕਿ ਉਹਨਾਂ ਉਹਨੇ ਵੀ 47 ਵੇਲੇ ਕੋਈ ਮੁਸਲਮਾਨੀ ਘਰ ਵਸਾ ਲਈ। ਪਿੰਡ 'ਚ ਜੱਟਾਂ ਦੇ 4-5 ਘਰੀ ਮੁਸਲਮਾਨ ਔਰਤਾਂ ਵਸੀਆਂ ਹੋਈਆਂ ਸੀ, ਅਗਲੇ ਮੌਜਾਂ ਕਰਦੇ, ਉਹਨਾਂ ਨੂੰ ਕੋਈ ਟੋਕਦਾ ਵਰਜਦਾ ਨਹੀਂ ਸੀ। ਜੱਟ ਦਾ ਕੀ ਹੁੰਦਾ, ਉਹਦੇ ਘਰ ਕਿਸੇ ਵੀ ਜਾਤ ਦੀ ਤੀਵੀਂ ਹੋਵੇ ਜੱਟੀ ਹੁੰਦੀ ਹੈ। ਗਾਂ ਮੁੰਡੇ ਕੁੜੀਆਂ ਦੇ ਵਿਆਹ ਕਰਨ ਵੇਲੇ ਪਤਾ ਨਹੀਂ ਕੀ ਹੋਏਗਾ, ਕਾਹਦਾ ਫਿਕਰ, ਬੰਦਾ ਆਪ ਤਾਂ ਸੁੱਖ ਭੋਗ ਲੈਂਦਾ ਹੈ, ਤੀਵੀਂ ਦੇ ਹੱਥਾਂ ਦਾ ਪੱਕਿਆ ਰੋਟੀ ਟੁੱਕ ਖਾਂਦਾ। ਮੁੰਡੇ ਕੁੜੀਆਂ ਆਖਰ ਉਹ ਵੀ ਤਾਂ ਬੰਦੇ ਦੀ ਜਾਤ ਹੁੰਦੇ ਹੈ, ਕਿਸੇ ਨਾ ਕਿਸੇ ਟਿਕਾਣੇ ਲੱਗ ਹੀ ਜਾਂਦੇ ਹੈ। ਰਾਮ ਦਿੱਤਾ ਸੋਚਦਾ ਹੁੰਦਾ ਉਹ ਵੀ ਕਿਸੇ ਨੂੰ ਲਿਆ ਬਿਠਾਉਂਦਾ ਘਰ, ਪਰ ਜਦੋਂ ਤੋਂ ਉਹਦਾ ਕੈਲੂ ਉਡਾਰ ਹੋਇਆ, ਉਹਨੂੰ ਦੂਜੀ ਹੱਥ ਦੀ ਪੱਕੀ ਰੋਟੀ ਮਿਲਣ ਲੱਗੀ, ਉਹਨੂੰ ਤੀਵੀਂ ਦਾ ਖਿਆਲ ਵਿਸਰ ਗਿਆ। ਹੁਣ ਤਾਂ ਚਿੱਤ ਚਾਖਦਾ ਹੁੰਦਾ ਤੀਵੀਂ ਕਿਹੜਾ ਨਹੀਂ ਕਦੇ ਲਿਆ ਕੇ ਦੇਖੀ ਸੀ, ਪਤਾ ਵੀ ਨਾ ਲੱਗਿਆ ਕਦੋਂ ਘਰੋਂ ਨਿਕਲ ਤੁਰੀ। ਇਸ ਤਰ੍ਹਾਂ ਦੀ ਬਗਾਨੀ ਔਰਤ ਨਾਲੋਂ ਤਾਂ ਬੰਦਾ ਸੱਖਣਾ ਚੰਗਾ, ਕੀ ਲੈਣਾ ਸੀ ਤੀਵੀਂ ਤੋਂ, ਉਹਦੀ ਉਮਰ ਵੀ ਤਾਂ ਨਹੀਂ ਰਹਿ ਗਈ ਸੀ ਤੀਵੀਂ ਨੂੰ ਰੱਸਾ ਪਾ ਕੇ ਰੱਖਣ ਦੀ। 30-35 ਸਾਲ ਦੀ ਉਮਰ ਹੋਰ ਹੁੰਦੀ ਹੈ, ਉਦੋਂ ਗੱਲ ਹੋਰ ਹੁੰਦੀ ਹੈ, ਤੀਵੀਂ ਨੂੰ ਤਾਂ ਨਵਾਂ ਨਰਵਾ ਹੱਡ ਹੀ ਸੰਭਾਲ ਸਕਦਾ ਹੈ। ਅਤੇ ਫਿਰ ਕੈਲੂ ਜਦੋਂ 18-19 ਸਾਲ ਦਾ ਹੋਇਆ ਅਤੇ ਰਾਮ ਦਿੱਤੇ ਦੀ ਦੇਹ ਜਮ੍ਹਾਂ ਹਾਰ ਗਈ, ਤਾਂ ਉਹਨੇ ਤਹਿਸੀਲਦਾਰ 'ਤੇ ਜਾ ਕੇ ਆਪਣੀ ਸਾਰੀ ਜਮੀਨ ਜਾਇਦਾਦ ਦੀ ਵਸੀਅਤ ਕਰਨੈਲ ਸਿੰਘ ਦੇ ਨਾਂ ਕਰਾ ਦਿੱਤੀ।
ਅਗਲੇ ਸਾਲ ਹੀ ਰਾਮ ਦਿੱਤਾ ਚਲਾਣਾ ਕਰ ਗਿਆ। ਜ਼ਮੀਨ ਕੈਲੂ ਦੇ ਨਾਂ ਚੜ੍ਹ ਗਈ। ਅਗਵਾੜ ਦੇ ਕਿਸੇ ਘਰ ਨੇ ਕੋਈ ਉਜਰ ਨਾ ਕੀਤਾ। ਸਿਆਣੇ ਲੋਕ ਤਾਂ ਸਗੋਂ ਰਾਮ ਦਿੱਤੇ ਨੂੰ ਸ਼ਾਬਾਸ਼ ਦਿੰਦੇ। ਮੁੰਡੇ ਨੇ ਸੇਵਾ ਕੀਤੀ ਹੈ, ਉਹਦਾ ਗੂੰਹ ਮੂਤ ਸਭ ਸਾਂਭੇ ਆਏ ਨੇ। ਇਹਨੂੰ ਹੀ ਮਿਲਣੀ ਸੀ ਫਿਰ ਉਹਦੀ ਜ਼ਮੀਨ ਜਾਇਦਾਦ। ਅਤੇ ਫਿਰ ਕੈਲੂ ਉਰਫ ਕਰਨੈਲ ਸਿੰਘ ਨੂੰ ਇੱਕ ਜੱਟ ਆ ਕੇ ਆਪਣੀ ਧੀ ਦਾ ਸਾਕ ਕਰ ਗਿਆ। ਵਿਆਹ ਵੀ ਹੋ ਗਿਆ। ਅਗਵਾੜ ਦੇ ਲੋਕ ਕਹਿੰਦੇ ਕੁੜੀ ਵੀ ਮੁਸਲਮਾਨੀ ਦੇ ਪੇਟੋਂ ਹੋਈ ਵੀ ਨਹੀਂ ਹੋਈ ਬਈ ਦੱਸੀਂਦੀ ਹੈ। ਉਹ ਚੱਲ ਠੀਕ ਹੈ ਤਾਂ ਜੱਟ ਹੀ, ਘਰ ਤਾਂ ਤੁਰਦਾ ਹੋਇਆ, ਰਾਮ ਦਿੱਤੇ ਦਾ ਮੁੰਡਾ ਹੀ ਵੱਜਦਾ ਹੈ ਧਰ ਇੱਧਰ ਕੈਲੂ ਵੀ ਤਾਂ। ਅਤੇ ਲੋਕਾਂ ਦੇ ਹਾਸੇ 'ਚ ਗੰਭੀਰਤਾ, ਹਮਦਰਦੀ ਅਤੇ ਅਲਗਾਓ ਵਾਲੇ ਰਲੇ ਮਿਲੇ ਹਾਵ ਭਾਵ ਹੁੰਦੇ। ਅਤੇ ਹੁਣ ਕਰਨੈਲ ਸਿੰਘ ਆਪ ਖੇਤੀਬਾੜੀ ਦਾ ਕੰਮ ਕਰਦਾ। ਉਹਦੇ ਕੋਲ ਇੱਕ ਊਠ, ਦੋ ਬਲਦ, ਇੱਕ ਗਾਂ, ਇੱਕ ਮੱਝ ਸੀ। ਇੱਕ ਸਿਰੀ ਰਲਾ ਰੱਖਿਆ। 6 ਕਿੱਲੇ ਜ਼ਮੀਨ ਉਹਨੇ ਗਹਿਣੀ ਦੀ ਵੀ ਲੈ ਲਈ, 10 ਕਿੱਲੇ ਉਹਦੇ ਆਪਣੇ। ਖੱਬੀ ਖਾਨ ਵਾਹੀ ਕਰਦਾ। ਉਹਦਾ ਵੱਡਾ ਮੁੰਡਾ ਨੇੜੇ ਦੇ ਸ਼ਹਿਰ ਕਾਲਜ ਪੜ੍ਹਦਾ। ਅਗਵਾੜ 'ਚੋਂ ਖਾਂਦਾ ਪੀਂਦਾ ਘਰ ਗਿਣਿਆ ਜਾਂਦਾ। ਅਤੇ ਅੱਜ ਧਰਮਸ਼ਾਲਾ ਦੀ ਚੌਕੜੀ ਉੱਤੇ ਬੈਠ ਕੇ ਜੈਮਲ ਬੁੜਾ ਕੈਲੂ ਦੇ ਘਰ ਦੀਆਂ ਗੱਲਾਂ ਬਹੁਤ ਗੌਰ ਨਾਲ ਸੁਣ ਰਿਹਾ ਸੀ। ਜੈਮਲ ਦਾ ਆਪਣਾ ਚੰਗਾ ਖਾਨਦਾਨੀ ਘਰ ਸੀ। ਉਹਦੇ ਕੋਲ 20 ਕਿੱਲੇ ਜ਼ਮੀਨ ਸੀ, ਐਡਾ ਵੱਡਾ ਹਵੇਲੀ ਜਿੱਡਾ ਘਰ, ਟਰੈਕਟਰ ਵੀ ਉਹਨਾਂ ਕੋਲ ਸੀ, ਸਾਰੇ ਰੰਗ ਭਾਗ ਲੱਗੇ ਸੀ। 3 ਉਹਦੇ ਪੋਤੇ, 2 ਪੋਤੀਆਂ, ਉਹਦਾ ਮੁੰਡਾ ਅਜੈਬ ਸਿੰਘ ਅਗਵਾੜ 'ਚ ਮੰਨਿਆ ਦੰਨਿਆ ਬੰਦਾ ਸੀ। ਪਰ ਅੱਜ ਉਹਦੀ ਕਰਤੂਤ ਸੁਣ ਕੇ ਜੈਮਲ ਦੇ ਜਿਵੇਂ ਸਾਹ ਸੁੱਤੇ ਗਏ। ਉਹ ਆਪਣੇ ਮੁੰਡੇ ਨਾਲ ਪੂਰਾ ਝਗੜਿਆ। ਅਖੀਰ ਜਦੋਂ ਗੁੱਸੇ ਨੇ ਪਾਗਲਪਨ ਦਾ ਰੂਪ ਧਾਰਨਾ ਚਾਹਿਆ ਤਾਂ ਬੁੜਾ ਘਰੋਂ ਬਾਹਰ ਨਿਕਲ ਆਇਆ। ਗੱਲ ਇਹ ਸੀ ਕਿ ਅਜੈਬ ਸਿੰਘ ਆਪਣੀ ਛੋਟੀ ਕੁੜੀ ਦਾ ਸਾਕ ਦੇਣ ਲਈ ਰਿਫਿਊਜ਼ੀਆਂ ਦੇ ਇੱਕ ਮੁੰਡੇ ਨੂੰ ਪੱਕ ਠੱਕ ਘਰ ਆਇਆ। ਰਿਫਿਊਜ਼ੀ ਲਾਇਲਪੁਰ ਜ਼ਿਲ੍ਹੇ ਦੇ ਸੀ, ਇੱਥੋਂ 20 ਦੂਰ ਇੱਕ ਛੋਟੇ ਜਿਹੇ ਪਿੰਡ ਦੇ ਅਲਾਟੀ। ਜ਼ਮੀਨ ਮੁੰਡੇ ਨੂੰ 20 ਕਿੱਲੇ ਆਉਂਦੀ ਸੀ। ਮੁੰਡਾ BA ਕਰ ਚੁੱਕਿਆ ਸੀ। ਅਜੈਬ ਸਿੰਘ ਦੀ ਕੁੜੀ 10 ਜਮਾਤਾਂ ਪਾਸ ਸੀ। ਦੇਣ ਬਹੁਤ ਦੇਣਾ ਸੀ ਅਜੈਬ ਸਿੰਘ ਨੇ ਆਪਣੀ ਕੁੜੀ ਨੂੰ। 47 ਵੇਲੇ ਜਿਹੜੇ ਜੱਟ ਸਿੱਖ ਪਾਕਿਸਤਾਨ 'ਚੋਂ ਆ ਕੇ ਇੱਧਰ ਵਸੇ, ਉਹਨਾਂ ਨੂੰ ਉੱਧਰੋਂ ਉੱਜੜ ਕੇ ਗਏ ਮੁਸਲਮਾਨਾਂ ਦੀਆਂ ਜ਼ਮੀਨਾਂ ਮਿਲ ਗਈਆਂ। ਉਹਨਾਂ ਦੇ ਪਏ ਪੁਆਏ ਘਰ ਮਿਲ ਗਏ। ਅਤੇ ਜੈਮਲ ਬੁੜਾ ਉਦੋਂ ਉਹਨਾਂ ਨੂੰ ਰਿਫਿਊਜੀ ਨਹੀਂ ਸੀ ਆਖਦਾ ਹੁੰਦਾ, ਮੁਸਲਮਾਨਾਂ ਵੱਟੇ ਵਟਾਏ ਘਰ ਆਖਦਾ। ਅਤੇ ਹੁਣ ਜਦੋਂ ਉਹਦੀ ਆਪਣੀ ਪੋਤੀ ਉਹਨਾਂ ਦੀ ਮੁਸਲਮਾਨਾਂ ਵੱਟੇ ਵਟਿਆਏ ਘਰ ਜਾ ਕੇ ਵਸੇਗੀ ਤਾਂ ਆਪ ਖੁਦ ਨਹੀਂ ਇੱਕ ਮਸ਼ਕਰੀ ਬਣ ਕੇ ਰਹਿ ਜਾਏਗਾ, ਖਾਨਦਾਨੀ ਘਰ ਤਾਂ ਉਹ ਰਹਿ ਜਾਏਗਾ। ਉਹਦੇ ਮੁੰਡੇ ਅਜੈਬ ਸਿੰਘ ਨੇ ਗੱਲ ਦੱਸੀ ਤਾਂ ਇੱਕਦਮ ਅੱਗ ਭਬੂਕਾ ਹੋ ਉੱਠਿਆ। ਮੁੰਡੇ ਨੂੰ 13ਵੀਆਂ ਸੁਣਾਈਆਂ। ਉਹਦੀ ਸਮਝ 'ਚ ਮੁੰਡੇ ਨੇ ਬਹੁਤ ਬਦਨਾਮੀ ਵਾਲੀ ਗੱਲ ਕਰਤੀ ਸੀ। ਮੁਕੰਦਾ ਆਖ ਰਿਹਾ ਸੀ, ਤਾਇਆ ਪੈਸੇ ਦੀ ਖੇਡ ਹੈ ਸਾਰੀ, ਪੈਸੇ ਟਕੇ 'ਚ ਅਗਲਾ ਤਕੜਾ ਹੋਵੇ, ਖਾਨਦਾਨੀ ਨੁਕਸ ਸਭ ਟਕੇ ਜਾਂਦੇ ਆ। ਇਹ ਜਾਤ ਕੁਜਾਤ ਦੀ ਗੱਲ ਤਾਂ ਛੋਟੇ ਲੋਕਾਂ 'ਚ ਰਹਿ ਗਈ। ਇੰਨੀ ਜ਼ਮੀਨ ਹੈ ਕੈਲੂ ਕੋਲ, ਹੁਣ ਇਹਦਾ ਅੱਗਾ ਪਿੱਛਾ ਕੋਈ ਨਹੀਂ ਨਿਓਲਦਾ। ਅਤੇ ਜੈਮਲ ਮੁਕੰਦੇ ਦੀਆਂ ਗੱਲਾਂ ਸੁਣ ਸੁਣ ਠੰਡਾ ਸੀਲਾ ਹੁੰਦਾ ਜਾਵੇ। ਫਿਰ ਮੁਕੰਦਾ ਚੌਂਕੜੀ ਤੋਂ ਉੱਠ ਕੇ ਘਰ ਨੂੰ ਤੁਰ ਗਿਆ। ਹੌਲੀ ਹੌਲੀ ਦੂਜੇ ਬੰਦੇ ਵੀ ਖਿੰਡਣ ਲੱਗੇ। ਜੈਮਲ ਚਿੱਤ 'ਚ ਆਪਣੇ ਮੁੰਡੇ ਅਜੈਬ ਸਿੰਘ ਬਾਰੇ ਸੋਚਣ ਲੱਗ ਪਿਆ। ਜੈਬ ਨੇ ਕੋਈ ਅੱਲੋਕਾਰ ਗੱਲ ਤਾਂ ਨਹੀਂ ਕੀਤੀ ਫਿਰ, ਜਦੋਂ ਜ਼ਮਾਨਾ ਹੀ ਇਹੋ ਜਿਹਾ ਅਤੇ ਦੁਨੀਆ ਵੀ ਜ਼ਮਾਨੇ ਨਾਲ ਤੁਰ ਪਈ। ਭਾਈ ਹੋਣਗੇ ਪਾਕਿਸਤਾਨੀ, ਪਰ ਜੱਟ ਤਾਂ ਹਨ, ਜ਼ਮੀਨ ਜਾਇਦਾਦ ਵਾਲੇ। ਮੁੰਡਾ 14 ਪਾਸ ਹੈ, ਕਿੰਨੀ ਜ਼ਮੀਨ ਆਉਂਦੀ ਹੈ ਮੁੰਡੇ ਦੇ ਹਿੱਸੇ, ਕੁੜੀ ਮੌਜਾਂ ਕਰੂ, ਉਹ ਗੱਲਾਂ ਤਾਂ ਰਹੀਆਂ ਨਹੀਂ, ਹੁਣ ਇਉਂ ਹੀ ਹੈ ਭਾਈ। ਧੰਨਵਾਦ।